ਗਾਂ ਸਾਡੇ ਮਗਰ ਪੈ ਗਈ ਸੀ ਸੇਬਾਂ ਦੇ ਬਾਗਾਂ 'ਚ ਟ੍ਰੈਕਿੰਗ ਲਈ ਨਿਕਲਣ ਲੱਗੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰ ਸਰਾਣੇ ਬਹੁਤ ਵਧੀਆ ਹੋਣਗੇ ਅਤੇ ਸ਼ੁਰੂ ਕਰਦੇ ਅੱਜ ਦਾ ਵਲੋਗ ਘੈਂਟ ਜੀ ਗੁੱਡ ਮੋਰਨਿੰਗ ਦੇ ਨਾਲ ਸਵੇਰ ਦੇ ਪੂਰੇ 6:30 ਵਜੇ ਆ ਅਤੇ ਇੱਥੇ ਇੰਨੀ ਕੁ ਜ਼ਿਆਦਾ ਘੈਂਟ ਮੌਸਮ ਹੋ ਚੁੱਕਿਆ ਨਾ ਮਤਲਬ ਇੰਨੀ ਠੰਡ ਹੋ ਚੁੱਕੀ ਆ ਕਿ ਤੁਸੀਂ ਦੇਖ ਸਕਦੇ ਕੋਟੀਆਂ ਪਾਈਆਂ ਅਤੇ ਆਸ ਪਾਸ ਪਹਾੜਾਂ ਦਾ ਦ੍ਰਿਸ਼ ਜਿਹੜਾ ਦਿਖਦਾ ਨਾ ਕਮਾਲ ਆ ਰਾਤ ਬਰਫ਼ ਵੀ ਪਈ ਹੈ ਤਾਂ ਪਹਾੜਾਂ 'ਤੇ ਅਤੇ ਬਹੁਤ ਜ਼ਿਆਦਾ ਘੈਂਟਾ ਆ ਜਾਓ ਤੁਹਾਨੂੰ ਵੀ ਦਿਖਾਉਣੇ ਉਹ ਉੱਪਰ ਬਰਫ਼ ਪਈ ਹੋਈ ਆ ਇੱਧਰ ਨਦੀ 'ਚ ਪਾਣੀ ਪੂਰਾ ਤੇਜ਼ ਵਗਦਾ ਹੁਣ ਇੱਧਰ ਮਗਰਲੇ ਪਾਸੇ ਵੀ ਕਿਆ ਨਜ਼ਾਰਾ ਇੱਥੇ ਫਿਰ ਰਾਤ ਅਸੀਂ ਟੈਂਟ ਅੰਦਰਲੇ ਪਾਸੇ ਲਾਏ ਸੀ ਪਿਛਲੇ ਵਲੋਗ ਤੁਸੀਂ ਦੇਖਿਆ ਹੋਣਾ ਜੀ ਰੋਟੀ ਪਾਣੀ ਬਣਾਈ ਅਤੇ ਠੰਡ ਬਹੁਤ ਜ਼ਿਆਦਾ ਸੀ ਮੀਂਹ ਪੈਂਦਾ ਰਿਹਾ ਅਤੇ ਫਿਰ ਅਸੀਂ ਜਲਦੀ ਸੌਂ ਗਏ ਸਵੇਰ ਦੀ ਚਾਹ ਗਲੂਕਨ ਡੀ ਦੇ ਨਾਲ ਬੜੀ ਕਹਿੰਦਾ ਲਾਡੀਆਂ ਵਾਡੀਆਂ ਕਰੋ ਬਾਈ ਮੇਰੇ ਨਾਲ ਇਹ ਘੱਟ ਹੈ ਕਿਸੇ ਨੂੰ ਵਿਮ ਇੱਕ ਬੂੰਦ ਡਾਲੋ ਸਾਰੇ ਭਾਂਡੇ ਦੋ ਡਾਲੋ ਭਾਂਡੇ ਧੋ ਰਹੇ ਭਰਾਓ ਰਾਤ ਵਾਲੇ ਕਿਉਂਕਿ ਰਾਤ ਮੀਂਹ ਪੈਂਦਾ ਸੀ ਰੋਟੀ ਵਾਲੇ ਭਾਂਡੇ ਨਹੀਂ ਧੋਤੇ ਗਏ ਅਤੇ ਹੁਣ ਸਵੇਰ ਦੀ ਰੋਟੀ ਤਿਆਰੀ ਆ ਰੋਟੀ ਖਾ ਕੇ ਫਿਰ ਨਿਕਲਦੇ ਇੱਥੋਂ ਕਿਸੇ ਪਾਸੇ ਅਤੇ ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਵੀ ਆ ਗਏ ਇੱਥੇ ਪਹਾੜੀਆਂ ਦੇ ਵਿੱਚ ਆ ਟੂਟੀ ਲੱਗੀ ਇੱਥੇ ਇੱਥੇ ਭਾਂਡੇ ਜ਼ਰੂਰ ਧੋ ਕਰੇ ਬੜਾ ਨਜ਼ਾਰਾ ਆਉਂਦਾ ਕਿਉਂਕਿ ਜੋ ਨਜ਼ਾਰਾ ਇੱਥੇ ਆਇਆ ਨਾ ਮਤਲਬ ਕੁਦਰਤ ਦੀ ਗੋਦ ਦੇ ਵਿੱਚ ਅਤੇ ਕਮਾਲ ਹੀ ਹੋ ਗਈ ਮਤਲਬ ਵਧੀਆ ਸਾਰੇ ਜਣੇ ਹਿੱਲੇ ਨਹੀਂ ਰਾਤ ਸਾਰੀ ਰਾਤੀ ਮੀਂਹ ਪੈਣ ਕਾਰਨ ਸਾਡੇ ਟੈਂਟ ਹੋ ਗਏ ਗਿੱਲੇ ਅਤੇ ਹੁਣ ਅਸੀਂ ਟੈਂਟਾਂ ਨੂੰ ਪੂਜਦੇ ਹਾਂ ਜਿਹੜੇ ਬੰਦੇ ਥੋੜ੍ਹੀਆਂ ਬਹੁਤ ਤਕਲੀਫਾਂ ਝੱਲ ਸਕਦੇ ਆ ਅਤੇ ਉਹਨਾਂ ਨੂੰ ਮੈਂ ਰੈਕਮੈਂਡ ਕਰੂੰਗਾ ਕਿ ਕੈਂਪਿੰਗ ਜ਼ਰੂਰ ਕਰੋ ਇਹੋ ਜਿਹੇ ਵਾਦੀਆਂ ਦੇ ਵਿੱਚ ਕਿਉਂਕਿ ਜਿਹੜਾ ਨਜ਼ਾਰਾ ਇੱਥੇ ਸਾਨੂੰ ਵਧੀਆ ਪਿਆ ਨਾ ਕਮਾਲ ਹੀ ਆ ਯਾਰ ਦੱਸ ਹੀ ਸਕਦੇ ਇਸ ਦਾ ਕਾਹਦੀ ਕਲਾਕਾਰੀ ਦਿਖਾਈ ਜਾਂਦਾ ਹੈ ਇਸ ਜਗ੍ਹਾ ਨੂੰ ਫਾਈਨਲੀ ਬਾਏ ਬਾਏ ਕਹਿਣ ਦਾ ਟਾਈਮ ਆ ਗਿਆ ਤੇ ਸਾਨੂੰ ਬਹੁਤ ਬੰਦੇ ਨਾ ਆਏ ਇੱਥੇ ਤੇ ਸਾਰਿਆਂ ਨੇ ਇੱਕੋ ਗੱਲ ਆਖੀ ਕਿ ਬਈ ਆਪਣਾ ਕਚਰਾ ਕੁਚਰਾ ਹਨਾ ਤਾਂ ਚੱਕ ਕੇ ਜਾਇਓ ਰਾਤ ਇੱਥੇ ਟੈਂਟ ਲਾਏ ਸੀ ਤੁਸੀਂ ਸਵੇਰੇ ਦੇਖਿਆ ਹਨਾ ਰੋਟੀ ਰੋਟੀ ਖਾ ਕੇ ਹੁਣ ਆਪਾਂ ਰੈਡੀ ਹਾਂ ਸਾਰਿਆਂ ਨੇ ਸਾਨੂੰ ਇੱਕੋ ਗੱਲ ਆਖੀ ਕਿ ਇੱਥੇ ਕਚਰਾ ਨਾ ਛੱਡ ਕੇ ਜਾਇਓ ਸੋ ਇੱਥੋਂ ਇੱਕ ਚੀਜ਼ ਤਾਂ ਕਨਫਰਮ ਹੁੰਦੀ ਆ ਕਿ ਯਾਰ ਸਾਨੂੰ ਅਸੀਂ ਟਰੈਵਲਰ ਬਣ ਕੇ ਆਉਣੇ ਹਾਂ ਇੱਥੇ ਪਹਾੜਾਂ ਦੀ ਖੂਬਸੂਰਤੀ ਨੂੰ ਖਰਾਬ ਕਰਦੇ ਹਾਂ ਇਹ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਯਾਰ ਜਦੋਂ ਵੀ ਕਿਤੇ ਤੁਸੀਂ ਆਓ ਇਹ ਕੁਦਰਤੀ ਖੂਬਸੂਰਤੀ ਹੈ ਇੱਥੇ ਨਾ ਤਾਂ ਇਸ 'ਚ ਅਸੀਂ ਗੰਦ ਨਾ ਪਾਈਏ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕੂੜੇ ਨੂੰ ਸਾਂਭੀਏ ਮਤਲਬ ਜਿਹੜਾ ਆਪਣਾ ਹੁੰਦਾ ਆਪਦੇ ਨੂੰ ਤਾਂ ਘੱਟੋ ਘੱਟ ਕੰਟਰੋਲ ਕਰੀ ਨਾ ਸਾਰੇ ਇੱਦਾਂ ਕਰਾਂਗੇ ਤਾਂ ਚੱਲ ਇਹ ਖੂਬਸੂਰਤ ਰਹੂਗੀ ਜਗ੍ਹਾ ਤਾਂ ਸਾਨੂੰ ਸਾਰਿਆਂ ਨੇ ਇਹ ਗੱਲ ਕਹੀ ਵੀ ਕਚਰਾ ਨਾ ਛੱਡ ਕੇ ਜਾਇਓ ਅਤੇ ਅਸੀਂ ਕੋਸ਼ਿਸ਼ ਕੀਤੀ ਕਿ ਇਹਨੂੰ ਚੰਗੀ ਤਰ੍ਹਾਂ ਸਾਫ਼ ਕਿਸੇ ਦਾ ਮਕਾਨ ਹੋ ਸਕਦਾ ਹੈ ਕਿਸੇ ਦੀ ਪ੍ਰੋਪਰਟੀ ਹੋਊਗੀ ਇਹਨੂੰ ਕਲੀਅਰ ਮਤਲਬ ਕਰਕੇ ਬਿਲਕੁਲ ਚੱਲੇ ਹਾਂ ਅਤੇ ਹਰੇਕ ਜਗ੍ਹਾ ਇਹੀ ਕੋਸ਼ਿਸ਼ ਆ ਬਾਕੀ ਹੁਣ ਰੈਡੀ ਹਾਂ ਅਤੇ ਜੋਤ ਹੋਣੀ ਥੋੜ੍ਹੇ ਬਹੁਤ ਤਿਆਰ ਹੁੰਦੇ ਪਏ ਆ ਨਿਕਲਣ ਲਈ ਤਿਆਰ ਹਾਂ ਸਿਲਾ ਜੀ ਦਾ ਸੌਦਾ ਕਰ ਲਿਆ ਡੀ ਜੇ ਭਾਅ ਜੀ ਨੇ ਅਤੇ ਮੇਰੇ ਹਿਸਾਬ ਨਾਲ 600 ਜਿੰਦਾ ਜਿੰਦਾ 200 'ਚ ਹੀ ਦੇ ਗਿਆ ਕਾਫ਼ੀ ਕਿਉਂਕਿ ਸਸਤੀ ਹੈ ਇੱਥੇ ਇੱਕ ਵਾਰੀ ਫਿਰ ਤੁਸੀਂ ਇੱਕ ਖੂਬਸੂਰਤੀ ਨੂੰ ਨਿਹਾਰ ਲਓ ਕਿਉਂਕਿ ਬਹੁਤ ਸੋਹਣੀ ਪਲੇਸ ਸੀ ਹੁਣ ਉੱਥੇ ਬੱਦਲ ਹੋ ਗਏ ਬਰਫ਼ ਦਿਖਦੀ ਨਹੀਂ ਸਵੇਰੇ ਸਵੇਰੇ ਬਹੁਤ ਸੋਹਣਾ ਮੌਸਮ ਸੀਗਾ ਬਟ ਹੁਣ ਵੀ ਬਹੁਤ ਜ਼ਿਆਦਾ ਘੈਂਟ ਮੌਸਮ ਹੈ
ਆਪਾਂ ਹੁਣ ਟਾਈਮ ਵੱਜ ਗਏ 1:15 ਸਾਡੇ ਬੰਦੇ ਬਹੁਤ ਟਾਈਮ ਦੇ ਪਾਬੰਦ ਆ ਸਵੇਰੇ ਸਵੇਰੇ ਅਸੀਂ ਰੋਟੀਆਂ ਪਾਣੀਆਂ ਖਾ ਲਈਆਂ ਪੂਰੇ ਟਾਈਮ ਡਾਇਟ ਤੇ ਹੁਣ ਇਦੋਂ ਅੱਗੇ ਆਪਾਂ ਚੱਲੇ ਆ ਥੱਲੇ ਨੂੰ ਥੱਲੇ ਦੋ ਵਾਟਰਫਾਲ ਆ ਤੇ ਉਹ ਦੇਖਣ ਵਾਲੀਆਂ ਚੀਜ਼ਾਂ ਆ ਆਪਾਂ ਹੁਣ ਉੱਥੇ ਚੱਲਾਂਗੇ ਥੋੜ੍ਹੀ ਬਹੁਤ ਟਰੈਕਿੰਗ ਹੋ ਜੂਗੀ ਨਾਲ ਨਾਲੇ ਫਿਰ ਉਦੋਂ ਬਾਅਦ ਆਪਾਂ ਮਨਾਲੀ ਸ਼ਹਿਰ ਘੁੰਮਾਂਗੇ ਸ਼ਹਿਰ ਸ਼ਾਮ ਨੂੰ ਘੁੰਮਣ ਵਾਲਾ ਹੁੰਦਾ ਮਿੱਤਰੋ ਆਪਾਂ ਹੁਣ ਟਰੈਕਿੰਗ ਲਈ ਨਿਕਲਣ ਲੱਗੇ ਹਾਂ ਵਾਟਰਫਾਲ ਹੈ ਉਹ ਦੇਖ ਕੇ ਹੁਣ ਇੱਕ ਪਿਕਨਿਕ ਸਪੋਟ ਆ ਉੱਪਰ ਅਤੇ ਚਲੋ ਬਾਕੀ ਇਹ ਪਿੰਡ ਮੇਰੇ ਹਿਸਾਬ ਨਾਲ ਇਹਦਾ ਨਾਂ ਹੈਗਾ ਮੰਜੀ ਸ਼ਾਇਦ ਮਚਾਹ ਪਤਾ ਨਹੀਂ ਹੈਗਾ ਕੁਛ ਨਾਂ ਆ ਪਿੰਡ ਦਾ ਅਤੇ ਵਾਟਰਫਾਲ ਪੈਂਦਾ ਇੱਧਰ ਪੁਜ਼ਾਨੀ ਉੱਥੇ ਚੱਲੇ ਹਾਂ ਹੁਣ ਆਪਾਂ ਟਰੈਕਿੰਗ ਕਰਨ ਹਾਂਜੀ ਚੱਲੀਏ
बड़ी इन्हें लक्षण करी जाता ना ना तो चक के तुरदा मतलब यदा मूड नहीं जानते। आजा आजा गड्डी आ गई मगर पंजाब दे विच जमीना दे मालक हुंदे आ लोग उवें इत्थे लोग पहाड़ियां दे मालक आ। कच्चा रूट स्टार्ट हो गया हुण दलीशा आउंदी पई पिछे। आजा पुत्त आजा 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 भज्जा भज्जा। ਕਿੱਦਾਂ ਲੱਗਿਆ ਭਾਜੀ? ਬਹੁਤ ਵਧੀਆ ਭਾਜੀ, ਜੰਡਾ ਦਾ ਜੰਨਤ। ਲਓ ਵੀ ਚੱਲੇ ਇਹਨਾਂ ਦਾ ਪਹਾੜੀ ਏਰੀਆ। ਦੇਖੋ ਆਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਖਰਾਬ ਕਰਦੀਆਂ ਇੱਥੇ ਕਿਉਂਕਿ ਗਾਵਾਂ ਗੂਆਂ ਜਿਹੀਆਂ ਖੁੱਲੀਆਂ ਫਿਰਦੀਆਂ ਹੋਣ ਕਰਕੇ ਅਤੇ ਇੱਕ ਮੀਂਹ ਪੈਣ ਕਰਕੇ ਗੋਹੇ ਗਾਹੇ ਦੇ ਨਾਲ। फोटो शूट हो रहा है वाटरफॉल जे तुहानू दिखता हो वाटरफॉल दे बिल्कुल नजदीक जाके फोटो शूट चल रहा है ते बहुत वधिया जिहड़ा कुदरती नज़ारा इत्थे अजे जो कि फोटो चल गए। ਬੈਂਦਾ ਪਾਣੀ ਜਿਹੜਾ ਕਿ ਪਤਾ ਨਹੀਂ ਕਿੱਥੇ ਜਾ ਕੇ ਰੁਕਦਾ। ਇਹ ਆ ਜੀ ਫਜ਼ਾਨੀ ਫਜ਼ਾਨੀਸ ਪਤਾ ਨਹੀਂ ਫਜ਼ਾਨੀਸ ਵਾਟਰਫਾਲ। ਇੱਥੋਂ ਅੱਗੇ ਰਸਤਾ ਬੰਦ ਹੈ, ਪਾਣੀ ਦੀ ਬਹੁਤ ਜ਼ਿਆਦਾ ਆਵਾਜ਼ ਆ, ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਨਾ ਸੁਣ ਰਹੀ ਹੋਵੇ। ਹੋ ਬਹੁਤ ਉੱਚਾ ਵਾਟਰਫਾਲ ਜਿਹੜਾ ਚੱਲ ਰਿਹਾ ਅਤੇ ਕਾਫੀ ਜ਼ਿਆਦਾ ਠੰਡ ਆ ਇੱਥੇ। ਜੋਤ ਹੋ ਬੈਠੀ। ਬਹੁਤ ਹੀ ਕੈਂਟ ਵਿਊ ਸੀ, ਬਹੁਤ ਹੀ ਮਜ਼ਾ ਆਇਆ, ਬਹੁਤ ਹੀ ਫੋਟੋ ਸ਼ੂਟ ਕਰਾਇਆ ਇੱਥੇ। ਫੋਟੋਆਂ ਸਾਨੂੰ ਇੰਸਟਾਗ੍ਰਾਮ 'ਤੇ ਦੇਖਣ ਨੂੰ ਮਿਲਣਗੀਆਂ ਅਤੇ ਫਜ਼ਾਨੀ ਸੀ ਜਿਹੜਾ ਇਹ ਵਾਟਰਫਾਲ ਸੀਗਾ। ਜੇਕਰ ਤੁਸੀਂ ਹਿਮਾਚਲ ਵਿੱਚ ਆਉਂਦੇ ਆ ਤਾਂ ਇੱਥੇ ਵਿਜ਼ਿਟ ਜ਼ਰੂਰ ਕਰਿਓ। ਇਹ ਸੋਮਾ ਆ, ਤੁਹਾਨੂੰ ਮੈਂ ਇਹਦੀ ਜਾਣਕਾਰੀ ਦੇ ਦਿੰਦਾ ਕਿ ਇਹ ਸੋਲਾਂਗ ਵੈਲੀ ਤੋਂ ਥੋੜ੍ਹਾ ਜਿਹਾ ਥੱਲੇ ਉੱਤਰ ਕੇ ਸ਼ਾਇਦ ਮਚਾਹ ਪਿੰਡ ਇਹੋ ਜਿਹਾ ਕੁਛ ਆ, ਉਸ ਦੇ ਨੇੜੇ ਇਹਨੂੰ ਸੜਕ ਜਾਂਦੀ ਹੈ ਅਤੇ ਥੋੜ੍ਹਾ ਬਹੁਤ ਤੁਰ ਕੇ ਜਾਣਾ ਪੈਂਦਾ ਅਤੇ ਬਹੁਤ ਹੀ ਘੈਂਟ ਮਤਲਬ ਕੁਦਰਤ ਨੂੰ ਫੀਲ ਕਰ ਸਕਦੇ ਆ ਵੀ ਕੁਦਰਤ ਕੀ ਆ ਇੱਥੇ ਆ ਕੇ ਐਕਚੁਅਲੀ। ਅਤੇ ਇੱਕ ਵੱਡੀ ਗੱਲ, ਜੇ ਕੁਛ ਤੁਸੀਂ ਖਾਣ ਪੀਣ ਲਈ ਲਿਆਓ ਇੱਥੇ ਤਾਂ ਪਲੀਜ਼ ਆਪਣੇ ਕੂੜੇ ਕਚਰੇ ਦਾ ਜਿਹੜਾ ਖਿਆਲ ਰੱਖੋ ਕਿ ਇੱਥੇ ਇਹਨਾਂ ਨੂੰ ਗੰਦਾ ਨਾ ਕਰੋ ਪਹਾੜਾਂ ਨੂੰ, ਕਿਉਂਕਿ ਕੁਦਰਤ ਆ ਅਤੇ ਤੁਸੀਂ ਖਾਣ ਪੀਣ ਦੇ ਉੱਪਰ ਲੈ ਕੇ ਆ ਸਕਦੇ ਹੋ।
ਅਸੀਂ ਨਹੀਂ ਲੈ ਕੇ ਆਂਦੇ ਕਿਉਂਕਿ ਸਾਨੂੰ ਪਤਾ ਨਹੀਂ ਸੀ ਤੁਸੀਂ ਲਿਆ ਕੇ ਇੱਥੇ ਖਾ ਵੀ ਸਕਦੇ ਆ। ਆ ਗਾਂ ਸਾਡੇ ਮਗਰ ਪੈ ਗਈ ਸੀ ਸਾਰੇ ਜਣੇ ਪਾਸੇ ਜਿਹੜੇ ਫੇਰ ਜੋਤ ਛੱਲੀ ਮੰਗਦੀ ਸੀ ਪਰ ਮੈਂ ਛੱਲੀ ਖਵਾਈ ਨਹੀਂ ਨਾਲੇ ਛੱਲੀ ਤੇ ਨਾਲੇ ਮੈਨੂੰ ਮੈਂ ਕਹਿੰਦਾ ਟੋਪੀ ਵੀ ਨਹੀਂ ਲੱਗ ਦਿੱਤੀ ਹੋ ਜੂਗਾ ਉਹ ਹੁਣ ਸ਼ਹਿਰ 'ਚ ਆਵਾਂਗੇ ਲੈ ਕੇ ਦੇਵਾਂਗੇ ਕੱਲ ਤਾਂ ਹੁਣ ਪਿੰਡ ਦੇ ਵਿੱਚ ਰੁਕੇ ਸੀ ਆਪਾਂ ਨਾ ਹੁਣ ਆਪਾਂ ਇੱਧਰ ਟਰੈਕਿੰਗ ਲਈ ਆ ਗਏ ਸੋ ਅੱਜ ਉਹਦਾ ਜਿਹੜਾ ਵਾਟਰਫਾਲ ਸੀ ਫੁਜ਼ਾਨੀ ਆਪਾਂ ਦੇਖਿਆ ਬਹੁਤ ਸੋਹਣਾ ਆ ਹੁਣ ਆਪਾਂ ਕੋਈ ਕੈਂਪਿੰਗ ਗਰਾਊਂਡ ਲੱਭੀਏ ਤੇ ਟੈਂਟ ਉਂਟ ਲਾਈਏ ਤੇ ਕੁਛ ਖਾਈਏ ਬਣਾਈਏ ਤੇ ਬਾਈ ਦੀ ਅਗਾਂ ਫੇਰ ਆ ਗਈ ਨਹੀਂ ਉਹ ਆਪਣੇ ਰਾਹ ਜਾਂਦੀ ਪਈ ਆ ਆਪਾਂ ਤਾਂ ਸ਼ੁਰੂ ਹੋ ਗਈਆਂ ਵੱਡੇ ਦੇ ਛੋਟੇ ਵੱਡੇ ਦੇ ਇਹਨਾਂ ਦੀ ਟੌਲਟ ਐਡੀ ਦੂਰ ਆ ਐਡੀ ਦੂਰ ਆ ਰਿਕਸ਼ਾ ਕਰਾ ਕੇ ਜਾਣਾ ਪੈਂਦਾ ਟੌਲਟ ਇਹਨਾਂ ਦੇ ਘਰੋਂ ਨਾ ਕੀੜੀ ਲੰਘੇ ਇਹਦਾ ਧਿਆਨ ਕਰਦੇ ਹੈਲੀਕਾਪਟਰ 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 ਘਰ ਇੰਨਾ ਵੱਡਾ ਜੇ ਕੋਈ ਪੁੱਛੇ ਗੇਟ ਕਿੱਥੇ ਆ ਉਹ ਕਹਿੰਦੇ ਅੱਜ ਸ਼ੁੱਕਰਵਾਰ ਆ ਮੂਹਰ ਲਿਆ ਐਤਵਾਰ ਵਾਲੇ ਦਿਨ ਖੱਬੇ ਮੁੜ ਕੇ ਇਹ ਗੇਟ ਆਉਣਾ ਹੈ ਛੋਟਾ ਕਿਸੇ ਨੇ ਬਾਹਰਲੀ ਬੈਲ ਵਜਾਈ ਇਹਦੇ ਸਿਰ 'ਚ ਵੱਜੀ ਹੁੰਦੀ ਘਰ ਇੰਨਾ ਛੋਟਾ ਨਾ ਬੂਟ ਪੁੱਠਾ ਰੱਖ ਕੇ ਨਾ ਸਾਰੇ ਜਣ ਸੌ ਜਾਂਦੇ ਆ ਛੋਟਾ ਇਹਨਾਂ ਨੇ ਕਾਟੇ ਨੂੰ ਕੀੜੇ ਨੂੰ ਰੱਸੀ ਪਾਈ ਆ ਕਰਦੇ ਸਾਡੀ ਗਾਂ ਆ ਇਹਨਾਂ ਦਾ ਐਡਾ ਬੜਾ ਘਰ ਆ ਨਾ ਮੁੰਡਾ ਆਇਆ 7 ਸਾਲਾਂ ਦਾ ਸੀਗਾ ਜਦੋਂ ਇਹਨੇ ਕਮਰੇ ਤੱਕ ਪਹੁੰਚਿਆ ਨਾ ਉਹਦਾ ਵਿਆਹ ਵੀ ਹੋ ਗਿਆ ਦੋ ਨਿਆਣੇ ਵੀ ਹੋ ਗਏ ਨਿਆਣੇ ਵੀ 7 ਸਾਲਾਂ ਦੇ ਹੋ ਗਏ 7 ਸਾਲਾਂ ਦਾ ਹੋ ਗਿਆ ਜੱਤ ਕੇ ਸਾਲਾਂ ਦਾ ਹੋ ਗਿਆ ਪਹੁੰਚਿਆ ਠਾਕਰ ਪੁੱਛ ਕੇ ਲੈ ਗਿਆ ਸੇਬ ਇੱਥੇ ਸੇਬਾਂ ਦੇ ਬਾਗ ਆ ਡੀਜੇ ਭਾਈ ਦੀ ਬਹੁਤ ਤਮੰਨਾ ਸੀ ਵੀ ਸੇਬ ਖਾ ਕੇ ਜਾਈਏ ਇਹਨਾਂ ਨੂੰ ਮੈਂ ਕਿਹਾ ਸੀ ਭਾਵੇਂ ਮੈਂ ਬਿਹੋਸ਼ ਹੋ ਕੇ ਤੁਹਾਨੂੰ ਸੇਬ ਖੜਾਵਾਂ ਖੜਾਉਂਗਾ ਜ਼ਰੂਰ ਚੱਲ ਇਹ ਤਾਂ ਆਇਆ ਨਹੀਂ ਲੋ ਵੀ ਕਹਿੰਦੇ ਹੁੰਦੇ ਆ ਜਿੱਥੇ ਚਾਹ ਉੱਥੇ ਹੁੰਦੀ ਮੈਗੀ ਤੇ ਚੌਲ ਮਤਲਬ ਕਹਾਵਤ ਇੱਦਾਂ ਜਿੱਥੇ ਚਾਹ ਉੱਥੇ ਰਾਹ ਸੋ ਜੇ ਦਿਲ ਦੀ ਤਮੰਨਾ ਹੋਵੇ ਤਾਂ ਸਭ ਕੁਝ ਹੱਲ ਹੋ ਜਾਂਦਾ ਸਾਨੂੰ ਅੱਜ ਕੈਂਪਿੰਗ ਗਰਾਊਂਡ ਜਿਹੜਾ ਆ ਮਨਾਲੀ ਦੇ ਵਿੱਚ ਕਿਤੇ ਨਹੀਂ ਮਿਲਿਆ ਤੇ ਮੈਂ ਹੁਣ ਤੁਹਾਨੂੰ 2 ਮਿੰਟ ਤੱਕ ਲਾਈਟ 'ਚ ਜਾ ਕੇ ਦੱਸਦਾ ਕਿਉਂਕਿ ਇੱਥੇ ਲਾਈਟ ਬਹੁਤ ਘੱਟ ਆ ਬਣੀ ਸਾਡੇ ਨਾਲ ਇੱਦਾਂ ਕਿ ਜਦੋਂ ਅਸੀਂ ਵਾਟਰਫਾਲ ਤੋਂ ਨਿਕਲੇ ਤਾਂ ਥੱਲੇ ਆ ਗਏ ਮਨਾਲੀ 1 ਕਿਲੋਮੀਟਰ ਉੱਥੋਂ ਅਤੇ ਜਦੋਂ ਅਸੀਂ ਥੱਲੇ ਆਏ ਤਾਂ ਥੱਲੇ ਸ਼ਹਿਰ ਦੇ ਵਿੱਚ ਕੈਂਪਿੰਗ ਗਰਾਊਂਡ ਲੱਭਣਾ ਇਹ ਬਹੁਤ ਮੁਸ਼ਕਲ ਆ ਸੋ ਅਸੀਂ ਇਸ ਕਰਕੇ ਪਿੰਡਾਂ ਵੱਲ ਨਿਕਲ ਪਏ ਪਿਛਲੇ ਪਿੰਡ 'ਚ ਪੁੱਛਿਆ ਨਹੀਂ ਬਣੀ ਗੱਲ ਫਿਰ ਉਹ ਤੋਂ ਅੱਗੇ ਆ ਗਏ ਉਹ ਤੋਂ ਅੱਗੇ ਆ ਕੇ ਅਸੀਂ ਪੁੱਛਿਆ ਬਹੁਤ ਟਰਾਈ ਕੀਤੀ ਬਟ ਸੇਫ ਪਲੇਸ ਨਹੀਂ ਮਿਲ ਰਹੀ ਸੀ ਬਾਰਿਸ਼ ਬਹੁਤ ਜ਼ਿਆਦਾ ਸੀ ਮਤਲਬ ਬਾਰਿਸ਼ ਹੋ ਰਹੀ ਸੀ ਵਾਰ ਵਾਰ ਹੈ ਨਾ ਇਹ ਪਿੰਡ ਦੇ ਪ੍ਰਧਾਨ ਆ ਤਾਂ ਉਹਨਾਂ ਨਾਲ ਸਾਡੀ ਮੁਲਾਕਾਤ ਹੋ ਗਈ ਇੱਕ ਦੁਕਾਨ ਵਾਲੇ ਨੇ ਮਤਲਬ ਪੁੱਛ ਕੇ ਦਿੱਤਾ ਅਤੇ ਅਸੀਂ ਕੁਦਰਤੀ ਗਾਂ ਆ ਗਏ ਚਲੋ ਅਸੀਂ ਸੋਚਿਆ ਸੀ ਰਹਿ ਹਟਾਤੀ ਸੀ ਵੀ ਹੋਟਲ 'ਚ ਰਹਿ ਲਾਂਗੇ ਅੱਜ ਅਤੇ ਬਟ ਸਾਰਿਆਂ ਦਿਲ 'ਚ ਇਹ ਸੀ ਵੀ ਨਹੀਂ ਯਾਰ ਵੀ ਜੋ ਟ੍ਰੈਂਡ ਆ ਅਸੀਂ ਜੋ ਅਸੀਂ ਦਿਲੀ ਤਮੰਨਾ ਕਿ ਹਾਂ ਯਾਰ ਕੈਂਪਿੰਗ ਹੀ ਟੈਂਟ 'ਚ ਹੀ ਰਹਿਣਾ ਤਾਂ ਫਿਰ ਬਣਿਆ ਇੱਦਾਂ ਕਿ ਅੱਗੇ ਆਏ ਅੱਗੇ ਅਸੀਂ ਕੁਦਰਤੀ ਜਿਹੜੇ ਬੰਦੇ ਨੂੰ ਬੁਲਾਇਆ ਉਹ ਪ੍ਰਧਾਨ ਹੀ ਸੀਗਾ ਇਸ ਪਿੰਡ ਦਾ ਅਤੇ ਜਦੋਂ ਫਿਰ ਉਹਨੂੰ ਅਸੀਂ ਗੱਲਬਾਤ ਦੱਸੀ ਉਹ ਕਹਿੰਦਾ ਯਾਰ ਵੀ ਇੱਥੇ ਹੁਣ ਟੈਂਟ ਤਾਂ ਮਿਲਣੇ ਨਹੀਂ ਅਸੀਂ ਆਖਿਆ ਵੀ ਟੈਂਟ ਤਾਂ ਸਾਡੇ ਕੋਲ ਹੈਗੇ ਸਾਨੂੰ ਜਗ੍ਹਾ ਚਾਹੀਦੀ ਫਿਰ ਕਹਿੰਦਾ ਆ ਜਾਓ ਫਿਰ ਉਹਨੇ ਗੱਡੀ ਲਵਾਈ ਮੋੜ ਕੇ ਫਿਰ ਇੱਥੇ ਬਹੁਤ ਸੋਹਣੀ ਪਲੇਸ ਆ ਰਾਤ ਨੂੰ ਤਾਂ ਹੁਣ ਕੁਛ ਨਹੀਂ ਦਿਖਦਾ ਪਿਆ ਹੁਣ ਤੁਹਾਨੂੰ ਅਗਲੇ ਵਲੋਗ 'ਚ ਪਤਾ ਲੱਗੂਗਾ ਕਿਉਂਕਿ ਜਿਹੜਾ ਅਗਲਾ ਵਲੋਗ ਆਪਾਂ ਅਗਲੇ ਦਿਨ ਸ਼ੁਰੂ ਕਰਾਂਗੇ ਕੱਲ੍ਹ ਨੂੰ ਮਤਲਬ ਸਵੇਰੇ ਉੱਠ ਕੇ ਅਤੇ ਹੁਣ ਅੱਜ ਦੇ ਵਲੋਗ ਦੇ ਵਿੱਚ ਤੁਸੀਂ ਦੇਖਿਆ ਕਿ ਆਪਾਂ ਕਿੱਦਾਂ ਵਾਟਰਫਾਲ ਲਈ ਟਰੈਕ ਥੋੜ੍ਹੀ ਬਹੁਤ ਇੱਥੋਂ ਦੀ ਕੋਈ ਖਾਸ ਚੀਜ਼ਾਂ ਦੇਖਾਂਗੇ ਜਾਂ ਕੁਛ ਲਿਜਾਣ ਵਾਲਾ ਆ ਮੱਛਰ ਬਹੁਤ ਜ਼ਿਆਦਾ ਲੱਤਾਂ ਖਾ ਰਿਹਾ ਅਤੇ ਹੁਣ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਆਪਾਂ ਅਗਲੇ ਵਲੋਗ ਦੇ ਨਾਲ ਅਤੇ ਸਟੇ ਟਿਊਨਡ ਰਹੋ ਚੱਕ ਦਿਓ ਫੱਟੇ ਚਿੱਬ ਕੱਢ ਦਿਓ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਇੱਕ ਵੱਖਰੇ ਟਾਈਪ ਦੀ ਟਰੈਵਲਿੰਗ ਕਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੀਜ਼ਾਂ 'ਚ ਸਿੱਖ ਵੀ ਰਹੇ ਹਾਂ ਅਸੀਂ ਕਿ ਹੁਣ ਕਿਹੜੀ ਚੀਜ਼ ਕਿਹੜੇ ਟਾਈਮਿੰਗ 'ਚ ਕੈਂਪਿੰਗ ਜ਼ਿਆਦਾ ਵਧੀਆ ਰਹਿੰਦੀ ਆ ਬਾਰਿਸ਼ ਦੇ ਮੌਸਮ 'ਚ ਨਹੀਂ ਸਹੀ ਅਤੇ ਬਹੁਤ ਚੀਜ਼ਾਂ ਦਾ ਪਤਾ ਲੱਗਿਆ ਕੈਂਪਿੰਗ ਪਲੇਸਿਸ ਜਿਹੜੀਆਂ ਹੈਗੀਆਂ ਉਹ ਟੈਂਪਰੇਰੀ ਕਲੋਜ਼ ਆ ਕਿਉਂਕਿ ਕਰੋਨਾ ਵਾਇਰਸ ਲੋਕਡਾਊਨ ਕਰਕੇ ਕੰਮ ਘੱਟ ਹੋਣ ਕਰਕੇ ਇਹਨਾਂ ਨੇ ਉਹ ਟੈਂਪਰੇਰੀ ਕਲੋਜ਼ ਕਰ ਰੱਖੀਆਂ ਸੋ ਇਸ ਕਰਕੇ ਜਿਹੜਾ ਆ ਹੁਣ ਇੱਦਾਂ ਮਤਲਬ ਔਖਾ ਤਾਂ ਹੋ ਰਿਹਾ ਬਹੁਤ ਬਟ ਚਲੋ ਫਿਰ ਵੀ ਆਪਾਂ ਜਿਹੜਾ ਆ ਕਹਿੰਦੇ ਹੁੰਦੇ ਜਿੱਥੇ ਚਾਹ ਉੱਥੇ ਰਾਹ ਸੋ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਜਿੰਨਾ ਜਿਹੜੇ ਬੰਦੇ ਆਪਦੀ ਮਦਦ ਕਰਨਾ ਚਾਹੁੰਦੇ ਹੋਣ ਸੋ ਮਿਲਦੇ ਹਾਂ ਆਪਾਂ ਹੁਣ ਕਿਸੇ ਨਵੇਂ ਵਲੌਗ ਦੇ ਨਾਲ ਅਤੇ ਬਹੁਤ ਜ਼ਿਆਦਾ ਤੁਹਾਡਾ ਥੈਂਕ ਯੂ ਤੁਸੀਂ ਇੱਥੋਂ ਤੱਕ ਪਹੁੰਚਾਇਆ ਹੁਣ ਅੱਗੇ ਵਿੱਚ ਕੱਢ ਦਿਓ ਚਿੱਬ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਨਾਲ ਇਹ ਪ੍ਰਧਾਨ ਜੀ ਹੈ ਗਾਉਂ ਕੇ। ਬਾਈ ਮਾਸਕ ਲਾਉਣ ਨਹੀਂ ਦਿੰਦੇ ਕਹਿੰਦੇ 5000 ਦਾ ਚਲਾਨ ਆ ਮੈਨੂੰ ਕੈਬ ਮਿਲ ਗਈ।